ਸਭ ਤੋਂ ਜ਼ਿਆਦਾ ਸਰਗਰਮੀ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ, ਉਹ ਹੈ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਲਗਾਤਾਰ ਇਹਨਾਂ ਦਿਨਾਂ 'ਚ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ ਫਿਰ ਸੁਲਤਾਨਪੁਰ ਲੋਧੀ ਕਹਿ ਲਓ, ਕਪੂਰਥਲਾ, ਫਿਰ ਲੁਧਿਆਣਾ, ਫਿਰ ਪਟਿਆਲਾ, ਫਿਰ ਅੰਮ੍ਰਿਤਸਰ। ਔਰ ਕਮਾਲ ਇੱਕ ਹੋਰ ਹੈ, ਜਿਹੜਾ ਇਕੱਠ ਕਰਦੇ ਨੇ ਉਹਨਾਂ 'ਚ ਉਹ ਬੰਦੇ ਵੀ ਆਉਣੇ ਸ਼ੁਰੂ ਹੋ ਗਏ ਜਿਹੜੇ ਬਹੁਤ ਤਿੱਖੇ ਬਾਰ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਤੇ। ਹੁਣ ਕੱਲ ਜਿਹੜਾ ਇਕੱਠ ਅੰਮ੍ਰਿਤਸਰ 'ਚ ਉਹਨਾਂ ਨੇ ਕੀਤਾ ਸੀ, ਉਹਦੇ 'ਚ ਗੁਰਜੀਤ ਔਜਲਾ ਸੀ। ਤੇ ਗੁਰਜੀਤ ਔਜਲਾ ਤੁਹਾਨੂੰ ਪਤਾ ਉਹ ਬੰਦਾ ਹੈ ਜਿਹੜੇ ਨੇ ਕਿਹਾ ਸੀ ਵੀ ਇਹ ਜਿਹੜੀ ਇਹਨਾਂ ਦੀ ਤੂੰ ਤੜਾਕ ਨੇ ਸਾਨੂੰ ਜਿਹੜਾ ਖਰਾਬ ਕੀਤਾ, ਹਰਾਇਆ ਸਾਨੂੰ। ਇਹ ਉਹ ਗੁਰਜੀਤ ਔਜਲਾ ਜਿਹੜਾ ਅੰਮ੍ਰਿਤਸਰ ਤੋਂ MP ਹੈ, ਹੁਣ ਨਾਲ ਹੋ ਗਿਆ। OP ਸੋਨੀ ਖੜਾ ਤੁਹਾਡੇ ਸਾਹਮਣੇ ਨਾਲ, ਉਹ ਖੜਾ ਇੱਕ ਪਾਸੇ ਗੁਰਜੀਤ ਔਜਲਾ, ਦੂਜੇ ਪਾਸੇ OP ਸੋਨੀ, ਰਾਜਕੁਮਾਰ ਵੇਰਕਾ। ਇਹ ਸਾਰੇ ਜਿਹੜੇ ਬੰਦੇ ਨੇ ਇਹ ਕਿਸੇ ਟਾਈਮ ਉਹਦੇ ਨਾਲ ਸਹੀ ਨਹੀਂ ਸੀ, ਨਵਜੋਤ ਸਿੰਘ ਸਿੱਧੂ ਨਾਲ, ਇੰਦਰਵੀਰ ਬਲਾਰੀਆ, ਸ਼ਰੀਫ ਦਾ, ਇਹ ਸਭ ਇਕੱਠੇ ਹੋ ਰਹੇ ਨੇ। ਹੁਣ ਆਪਾਂ ਦੇਖੀਏ ਜੇ ਟੋਟਲ ਇੱਕ ਲਿਸਟ ਦੇਖੀਏ, ਇਸ ਵਾਰ ਦੀ ਸਰਗਰਮੀ ਨਵਜੋਤ ਸਿੰਘ ਸਿੱਧੂ ਦੀ ਕਾਫੀ ਤਿੱਖੀ ਹੈ ਤੇ ਜ਼ਿਆਦਾ ਹੈ। ਹੁਣ ਤਾਂ ਬਾਹਰਲੇ ਬੰਦੇ ਵੀ ਨਾਲ ਲੈਣੇ ਸ਼ੁਰੂ ਕਰਤੇ। ਡਾਕਟਰ ਧਰਮਵੀਰ ਗਾਂਧੀ, ਉਹ ਆਮ ਆਦਮੀ ਪਾਰਟੀ ਤੋਂ ਜਿੱਥੇ ਸੀ ਤੇ ਉਹ ਕਾਂਗਰਸ ਉਹਨਾਂ ਜੁਆਇਨ ਕੀਤੀ ਹੈ ਨਹੀਂ, ਪਰ ਮੈਨੂੰ ਲੱਗਦਾ ਹੈ ਕਿਹਾ ਇਹ ਗਿਆ ਜਾਂ ਉਹਨਾਂ ਦੇ ਮਨ 'ਚ ਹੋਊਗਾ ਜਾਂ ਇਹਨਾਂ ਦੇ ਮਨ 'ਚ ਹੋਊ ਕਿ ਜਦੋਂ ਹੁਣ 24 'ਚ ਇਲੈਕਸ਼ਨ ਹੋਣੀ ਹੈ, ਪਰਨੀਤ ਕੌਰ ਦੇ ਖਿਲਾਫ ਕਿਹਨੂੰ ਖੜਾਵਾਂਗੇ, ਤੇ ਉਹਦੇ ਲਈ ਤੁਸੀਂ ਤਿਆਰ ਹੋ, ਆਓ ਸਾਡੇ 'ਚ। ਇਲੈਕਸ਼ਨ 'ਚ ਵੀ ਗਏ ਸੀ, ਉਹ ਵੀ ਕੈਲਕੂਲੇਟ ਕਰ ਰਹੇ ਨੇ, ਧਰਮਵੀਰ ਗਾਂਧੀ ਉਹ ਵੀ ਲੜਨਾ ਚਾਹੁੰਦੇ ਨੇ। ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ 'ਚ ਜਿਹੜੇ ਇਹਨਾਂ ਨਾਲੋਂ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਬੰਦਿਆਂ ਦੇ ਜਿਹਨੂੰ ਮਾਝਾ ਬ੍ਰਿਗੇਡ ਕਹਿੰਦੇ ਨੇ ਆਪਾਂ, ਉਹਨਾਂ ਨੇ ਦੂਰੀ ਬਣਾਈ ਹੋਈ ਹੈ। ਹੁਣ ਇਹ ਉਹ ਅਲੱਗ ਨੇ, ਇਹ ਗਰੁੱਪ ਜਿਹੜਾ ਹੈ ਸੁਨੀਲ ਜਾਖੜ ਚੁੱਪ ਕਰਿਆ ਬੈਠਾ, ਇਹਨਾਂ ਦਿਨਾਂ 'ਚ ਕੋਈ ਬਿਆਨ ਵੀ ਨਹੀਂ। ਜਦੋਂ ਬਿਆਨ ਦੇਣਾ ਸੀ, ਕਾਂਗਰਸ ਨੂੰ ਖਰਾਬ ਕਰਨਾ ਸੀ, ਉਹ ਹਿੰਦੂ ਵਾਲਾ ਬਿਆਨ ਦੇਤਾ। ਮਨੀਸ਼ ਤਿਵਾੜੀ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਬਿਆਨ ਕਿੱਧਰ ਕਿਹਦੇ ਹੱਕ 'ਚ ਹੈ, ਉਹ ਪੰਜਾਬ ਦੇ ਹੱਕ 'ਚ ਹੈ। ਜੇ ਪੰਜਾਬ ਦੇ ਹੱਕ 'ਚ ਹੁੰਦਾ ਤਾਂ ਫਿਰ ਉਹਨੇ ਇਹ ਗੱਲ ਥੋੜੀ ਕਹਿਣੀ ਸੀ ਵੀ ਚੰਡੀਗੜ੍ਹ ਦੀ ਰਾਜ ਸਭਾ ਦੀ ਸੀਟ ਅਲੱਗ ਚਾਹੀਦੀ ਹੈ। ਤੋ ਇਹ ਸਾਰੀਆਂ ਗੱਲਾਂ 'ਚ ਕਾਂਗਰਸ ਪਾਰਟੀ ਉਲਝੀ ਤਾਂ ਹੋਈ ਹੈ, ਲੇਕਿਨ ਇਸ ਉਲਝਣ 'ਚ ਇੱਕ ਗੱਲ ਨਜ਼ਰ ਆਉਣ ਲੱਗ ਗਈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਹਾਈਕਮਾਂਡ ਇਹ ਸਾਰੇ ਸ਼ਕਤੀ ਪ੍ਰਦਰਸ਼ਨਾਂ ਤੋਂ ਬਾਅਦ ਇਗਨੋਰ ਨਹੀਂ ਕਰ ਸਕਦੇ, ਇਗਨੋਰ ਕਰਨਾ ਔਖਾ ਹੋਏਗਾ। ਇੰਨੇ ਬੰਦੇ ਜੇ ਨਾਲ ਜਿਹੜੇ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਨਜ਼ਰ ਆ ਰਹੇ ਨੇ, ਹਾਲ ਦੀ ਘੜੀ ਨਜ਼ਰ ਆ ਰਹੇ ਨੇ, ਪਹਿਲਾਂ ਵੀ ਤਾਂ ਜਦੋਂ ਕੈਪਟਨ ਸਾਹਿਬ ਦੇ ਜਿਹਦੇ ਬਾਰੇ ਕਿਹਾ ਸੀ ਗਧਿਆ ਤੋਂ ਸ਼ੇਰ ਬਰਬਾਤਾ, ਰਵਨੀਤ ਬਿੱਟੂ ਨੇ ਜਿੰਨੇ ਵੀ, ਜੋ ਦੇਖੋ ਇੱਕ ਦੂਜੇ ਬਾਰੇ ਕੀ ਕੀ ਕਿਸ ਲੈਵਲ ਤੱਕ ਜਾਂਦੇ ਨੇ ਲੋਕ, ਤੇ ਉਹ ਉੱਥੇ ਉਹ ਬੰਦੇ ਜਿਹੜੇ ਸੀ ਇਕੱਠੇ ਤਾਂ ਉਦੋਂ ਸੀ, ਉਦੋਂ ਵੀ ਰੰਧਾਵਾ ਦੀ ਕੋਠੀ 'ਚ, ਕਦੇ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਠੀ 'ਚ, ਇਹਨਾਂ 'ਚ ਚਰਨਜੀਤ ਚੰਨੀ ਬਿਲਕੁਲ ਚੁੱਪ ਬੈਠਾ। ਲੇਕਿਨ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਸਰਗਰਮੀ ਹੈ, ਉਹ ਤੋਂ ਦੇਖ ਕੇ ਲੱਗਦਾ ਕਿ ਦੁਬਾਰਾ ਵੀ ਲੱਗ ਸਕਦਾ ਹੈ, ਇਹ ਵੀ ਕਿ ਦੁਬਾਰਾ ਪ੍ਰਧਾਨਗੀ ਮਿਲ ਸਕਦੀ ਹੈ, ਸੁਨੇਹਾ ਇਹ ਜਾਂਦਾ ਹੈ। ਮੰਨ ਲਓ ਜੇ ਨਹੀਂ ਮਿਲਦੀ ਤਾਂ ਕੁਛ ਵੀ ਹੋ ਸਕਦਾ ਹੈ, ਇਹੋ ਜਿਹਾ ਕੁਛ ਨਹੀਂ, ਪਾਰਟੀਆਂ ਬਣਦੀਆਂ ਨਹੀਂ ਨਵੀਆਂ, ਪਰ ਹਾਲ ਦੀ ਘੜੀ ਆਪਾਂ ਉੱਧਰ ਨਾ ਦੇਖੀਏ, ਆਪਾਂ ਇਹ ਕਹੀਏ ਕਿ ਨਵਜੋਤ ਸਿੰਘ ਸਿੱਧੂ ਦੀ ਸਰਗਰਮੀ।